ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਤੁਹਾਡਾ ਨਵਕਰਨ ਸਿੰਘ ਬਿਆਰ ਜਿਵੇਂ ਚੈਨਲ ਨਵਕਰਨ ਬ੍ਰਾਡ ਬਲੌਗਸ ਤੇ ਅੱਜ ਆਪਾਂ ਫਿਰੋਜ਼ਪੁਰ ਤੋਂ ਅੱਗੇ ਬਾਰਡਰ ਤੋਂ ਚੱਲੇ ਸੀਗੇ ਮਾਣੇ ਬਾਰਡਰ ਵੇਖਣ ਅੱਜ ਸੀਗਾ ਸ਼ੁੱਕਰਵਾਰ ਤੇ ਸ਼ੁੱਕਰਵਾਰ ਸ਼ਾਮ 5:30 ਤੋਂ ਬਾਅਦ ਹੁੰਦਾ ਹੈਗਾ ਅਤੇ ਉਹ ਵੇਖਣ ਚੱਲੇ ਸੀਗੇ ਕਿ ਹੁਣ ਕਾਹ ਤੁਹਾਨੂੰ ਦਿਖਾਈ ਚੱਲਾਂਗੇ ਅਤੇ ਹੁਣ ਕੁਝ ਆਈ ਜਾਂਦੇ ਹਾਂ ਗੱਡੀ 'ਤੇ ਪਾਪੇ ਗੱਡੀ ਚਲਾਈ ਜਾਂਦੇ ਦਾਦੇ ਨਾਲ ਬੈਠੇ ਆ ਇੱਧਰ ਮੈਂ ਬੈਠਾ ਹੀ ਤੁਰੰਡੀ ਭਾਈ ਲੰਘ ਚੁੱਕਿਆ ਅਤੇ ਫਿਰੋਜ਼ਪੁਰ ਇੱਥੋਂ 20-25 ਕਿਲੋਮੀਟਰ ਮੰਨ ਹੈਗਾ ਅਤੇ ਆਪਾਂ ਨੂੰ ਪਹੁੰਚ ਕੇ ਫਿਰੋਜ਼ਪੁਰ ਜਿੱਦਾਂ ਜਾ ਕੇ ਆਊਗਾ ਤੁਰੰਡੀ ਭਾਈ ਲੰਘ ਚੁੱਕੇ ਹਾਂ 2-1.5 ਕਿਲੋਮੀਟਰ ਤੁਰੰਡੀ ਭਾਈ ਤੋਂ ਗਾ ਹਾਂਜੀ ਬਾਰਡਰ ਤੇ ਮਾਣੇ ਕਿਲੋਮੀਟਰ ਦੂਰ ਇੱਥੇ ਉੱਪਰ ਬੋਰਡ ਨਹੀਂ ਸੀ ਲੱਗਾ ਇੱਥੋਂ ਮੁੜਨਾ ਤੇ ਮੂਹਰੇ ਮਾਣੇ ਬੈਰੀਕੇਡ ਲੱਗੇ ਨੇ ਨਹੀਂ ਉਹ ਐਂਟਰੀ ਕਰਨ ਦੇ ਹੋਣੇ ਨਾ ਹਾਂਜੀ ਜੀ ਹੁਣ ਆਪਾਂ ਬਾਰਡਰ ਦੇ ਮਣੇ ਉਸ ਬਾਰਡਰ ਤੋਂ ਕਿਲੋਮੀਟਰ ਦੂਰ ਆ ਗੱਡੀ ਪਾਰਕ ਨੂੰ ਲੰਬੇ ਪਏ ਗਏ ਅਤੇ ਗੱਡੀ ਪਾਰਕ ਲਾ ਤੀ ਆ ਅਤੇ ਪਾਪ ਮੇਰਾ ਸੈੱਟ ਵੈਟ ਕਰ ਦਿੱਤੇ ਸੀਗੇ ਤੁਹਾਨੂੰ ਸਾਰਾ ਨਾਮ ਲਿਖੀ ਕਿਹਾ ਕੋ ਲਿਖਿਆ ਵੀ ਇਨ ਆਰਡਰ ਟੂ ਮੇਕ ਯੂਰ ਲੋਸਿਸ ਐਂਡ ਹੁਸਨ ਵਾਲਾ ਮੇਲ 'ਚ ਜਾਣਾ ਇਨਫੈਂਟ ਸਿਸਟਮ ਲਿਖਿਆ ਨੇਗਾ ਬੈਟਲ ਆਫ ਅਸਤਰ ਬੈਟਲ ਬੱਤਰ ਆਲਸੋ ਨੋਨ ਐਸ ਬੈਟਲ ਕੈਮ ਕਰਨ ਵਾਸ ਲਾਜ ਟੈਂਕ ਟੂ ਟੈਂਕ ਬੈਟਲ ਇਨ ਇੰਡੀਅਨ ਹਿਸਟਰੀ ਐਂਡ ਟੈਂਕ ਬੈਟਲ ਆਫ 1965 ਵਾਰ ਦ ਪਾਕਿਸਤਾਨ ਆਰਮੀ ਬਾਈ ਫਸਟ ਵੀਕ ਆਫ ਸਤੰਬਰ ਹੈਡ ਕੈਪਚਰ ਦਾ ਇੰਡੀਅਨ ਬਾਕੀ ਸਕਰੀਨਸ਼ਾਟ ਲੈ ਕੇ ਸਕਦੇ ਜਿੰਨਾ ਪਾਸ ਕੇ ਦਿਖਾਉਣਾ ਤੁਹਾਨੂੰ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਸਮਝ ਗਈ ਆਰ ਦਰਿਆ ਆਹ ਦੂਜੇ ਕੇਂਦਰ ਸਮਝਾਇਓ ਆ ਹੈਗੀ ਰੇਲ ਦੀ ਲਾਈਨ ਸੀਗੀ ਆ ਦਰਿਆ ਅੱਛਾ ਆ ਵੇਈ ਦੀ ਉਹਦੇ ਨਿੱਕੀਆਂ ਨਹਿਰਾਂ ਆ ਜਾਂਦੀਆਂ ਆ ਫਿਰੋਜ਼ਪੁਰ ਆ ਇਹ ਵਿੱਚੋਂ ਨਹਿਰਾਂ ਨਿਕਲ ਗਈਆਂ ਓਕੇ ਇਹ ਪੂਰੀ ਹਿਸਟਰੀ ਆ ਤੇ ਆ ਆਪਣੇ ਭਗਤ ਸਿੰਘ ਦੀ ਰਾਜਗੁਰੂ ਤੇ ਸੁਖਦੇਵ ਦੀ ਸੀਗੀ ਤੇ ਆ ਆਪਣੇ ਆ ਨਕਸ਼ਾ ਇੱਧਰ ਬਣਾਇਆ ਹੋਇਆ ਹੈਗਾ ਉਹ ਲਾਹੌਰ ਦੀ ਹਾਲਤ ਦਾ ਤੁਹਾਨੂੰ ਦਿਖਾਇਆ ਮਤਲਬ ਆਪਾਂ ਨੇ ਵੀਡੀਓ 'ਚ ਦਿਖਾਇਆ ਦਿਖਾਇਆ ਨਹੀਂ ਇੱਕ ਆਹ ਸਕਰੀਨਸ਼ਾਟ ਲੈ ਦੇਖ ਸਕਦੇ ਹਾਂ ਕੈਮਰੇ 'ਚ ਪੂਰਾ ਆ ਨਹੀਂ ਰਿਹਾ ਜਾਂ ਇੱਥੇ ਟਰੈਕਟ ਘਰ ਸੀਗੇ ਤੂੰ ਦੱਸੋ ਜੀ ਕੀ ਕੀ ਸੀਗਾ ਬੈਟਲ ਹੁਸਨ ਵਾਲਾ ਲਿਖਿਆ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਆ ਇਹਦੇ ਵਿੱਚ ਸਟੇਸ਼ਨ ਸੀ ਇਹਦੇ ਵਿੱਚ ਵਿਖਾਇਆ ਹੁਣ ਕਿਹੜੀ ਰੇਲ ਵਿੱਚ ਆਉਂਦੀ ਆ ਆਹ ਦੇਖ ਰੇਲ ਆ ਰੇਲ ਆ ਅਤੇ ਆਪਾਂ ਹੁਣ ਚੜ੍ਹ ਕੇ ਸਾਰਾ ਦਿਖਾਈ ਜਾਂਦੇ ਹਾਂ ਐਕਸਾਈਟਮੈਂਟ ਹੋ ਗਈ ਇਹ ਆ ਰੇਲ ਆ ਦਰਅਸਲ ਬਾਤ ਹੈ ਸਰ 1966 ਬਟਵਾਰੇ ਦੀ ਇਸ ਸੈਨ ਵਾਲਾ ਜੋ ਪਾਕਿਸਤਾਨ ਨੂੰ ਸ਼ਾਮਿਲ ਕੀਤਾ ਗਿਆ ਟ੍ਰੇਨਾਂ ਦਾ ਦਿਖਾਇਆ ਜਾਂਦਾ ਕੋਈ ਜੀ ਕਿਵੇਂ ਕਿਵੇਂ ਹੁੰਦਾ ਹੈਗਾ ਤੇ ਇਹ ਟ੍ਰੇਨਾਂ ਦਾ ਸੋਹਣੇ ਜੀ ਸੀ ਸੀ ਲਾਏ ਵੇ ਇਧਰੋਂ ਰੇਲ ਦੇ ਹੁੰਦੀ ਹੁੰਦੀ ਸੀ ਤੇ ਆ ਰੇਲ ਗੱਡੀ ਆ ਜਾਂਦੀ ਸੀ ਛੋਟੀ ਅੱਟ ਦੇ ਨਾ ਛੋਟੀ ਅੱਟ ਦਾ ਬਣੇ ਨਾ ਆਪੇ ਆ ਮਨੇ ਅੰਦਰ ਕਿਲਾ ਹੈਗਾ ਮੈਨੂੰ ਐ ਲੱਗਦਾ ਫੋਨ ਵਿੰਗਾ ਹੋ ਗਿਆ ਤੇ ਹੁਣ ਆਪਾਂ ਜਾਈ ਜਾਂਦੇ ਹਾਂ ਅੰਦਰੋਂ ਦੂਜੇ ਮਨੇ ਨੇ ਦੱਸਿਆ ਹੀਗਾ ਜੇ ਕਿਵੇਂ ਲੜਾਈ ਦੀ ਹੋਈ ਟ੍ਰੇਨ ਟਰੂਨ ਜਾਂ ਕਿਵੇਂ ਜਾਂਦੀ ਹੁੰਦੀ ਮੈਂ ਵੀ ਇਹੀ ਗੱਲ ਸੀਗੀ ਲੇਟ ਉਹ ਚੱਲੀ ਜਾਂਦੇ ਘੰਟਾ ਪਹਿਲਾਂ ਚੱਲ ਪਈ ਆ ਡੇਢ ਘੰਟਾ ਲੇਟ ਹੋ ਗਈ ਮਾੜੀ ਗੱਲ ਤੇ ਉਹ ਉੱਥੇ ਹੁਣ ਉੱਪਰ ਜਾ ਕੇ ਆਵੀ ਉੱਪਰ ਚੱਲ ਨਹੀਂ ਜਾ ਕੇ ਵੇ ਸੁਧਾਰ
ਨਹੀਂ ਤਾਂ ਵਿਗੜਿਆ ਕਿ ਹੋਰ ਤਾਈ ਕਰ ਦੂਗਾ ਤੇ ਬੜੀਆਂ ਮਾਇਤਾਂ ਹੁੰਦਾ ਕੱਢ ਕੇ ਦੇ ਪਰਮਿਸ਼ਨ ਲੱਗ ਗਈ ਪ੍ਰਜਾਨ ਦੀ ਤੇ ਹੁਣ ਭੱਜ ਕੇ ਜਾਣਾ ਫਿਰ ਬਰਾਬਰ ਵੀ ਰਲਣਾ ਉਹਨਾਂ ਦੇ ਤੇ ਕਿਲਾ ਉੱਪਰ ਜਾਂਦੇ ਉੱਪਰ ਜਾਈ ਜਾਂਦਾ ਹੀ ਡਰ ਜਿਹਾ ਲੱਗਦਾ ਬਾਈ ਬਾਹਲਾ ਇੱਥੇ ਸੱਪ ਸੁੰਡੀ ਦਾ ਕੋਈ ਤਿਉਹਾਰ ਨਹੀਂ ਪਰ ਬਈ ਸਟੇਸ਼ਨ ਸੀਗਾ ਘੇਟ ਆ ਬਈ ਵੇਖ ਲਓ ਉੱਪਰੋਂ ਫਰਸ਼ ਵੇਖੋ ਤੁਸੀਂ ਵਿਊ ਹੁਣ ਜਾੜ ਦਾ ਬਰਾਬਰ ਆ ਜਾਂਦਾ ਸੋਹਣਾ ਬਹੁਤ ਆ ਉੱਪਰੋਂ ਹੁਣ ਤਾਜੇ ਨੂੰ ਜਾ ਕੇ ਤਾਜੇ ਨੂੰ ਜਾ ਕੇ ਪੁੱਛਦਾਂਗੇ ਅੰਗਰੇਜ਼ਾਂ ਨੇ ਬਣਾਇਆ ਕਿ ਆਪਣੇ ਇੱਧਰ ਨੂੰ ਬਣਾਇਆ ਚਲੋ ਉਸ ਸਟੈਂਡ 'ਤੇ ਲਿਆਉਣਾ ਹੀ